ਖਚ ਖਚ ਕੀ ਖਚ ਖਚ ਓਏ ਮੈਂ ਮੇਲੇ ਤੇ ਦੰਦਾਂ ਨਾਲ ਟ੍ਰੈਕਟਰ ਖਾਈਦਾ ਰਿਹਾ ਤੂੰ ਸਾਰੇ ਨਵੇਂ ਐਕਸਪੈਰੀਮੈਂਟ ਮਿਰਤੀ ਕਰਿਆ ਕਰ ਕੋਈ ਹੋਰ ਨਵੀਂ ਮੁਰਗੀ ਲੱਭ ਲਓ ਕੌੜੀ ਬਹੁਤ ਹੈ ਬਾਈ ਕੌੜੀ ਤਾਂ ਹੋਊਗੀ ਬੀਅਰ ਪੀਤੀ ਹੈ ਗਾਂਕੜਾ ਤੇਰੀ ਬੇਬੇ ਨੇ ਸ਼ਕੰਜ ਵੀ ਭੇਜੀ ਹੈ ਆਪਣੇ ਜਵਾਕਾਂ ਤੇ ਥੋੜਾ ਜਿਹਾ ਕਾਬੂ ਰੱਖਿਆ ਕਰੋ ਉਹ ਸਵਾਲ ਬਾਅਦ ਚ ਕਰਦੇ ਨੇ ਚੀਜ਼ ਤੁਸੀਂ ਪਹਿਲਾਂ ਲਿਆ ਕੇ ਦੇ ਦਿੰਦੇ ਹੋ ਇਹ ਚੁੰਨੀ ਜੇ ਸਿਰ ਤੇ ਹੋਵੇ ਨਾ ਤਾਂ ਅਦਬ ਬਣ ਜਾਂਦੀ ਹੈ ਪਰ ਲੋੜ ਪੈਣ ਤੇ ਤੇਰੇ ਵਰਗਿਆਂ ਦੇ ਗੱਲ ਦਾ ਫਾਹਾ ਵੀ ਪੰਜਾਬ ਦੀ ਜਵਾਨੀ ਦਾ ਖੂਨ ਖਾਸਾ ਗਰਮ ਹੈ ਜਿੰਨਾ ਠੰਡਾ ਰਹੂ ਉਹਨਾਂ ਸਾਡੇ ਭਲੇ ਚ ਇਹ ਨਿਸ਼ਾਨ ਸਿੰਘ ਤੇ ਮੰਤਰੀ ਦੀ ਮਿਲੀ ਭੁਗਤ ਹੈ ਜੀ ਤੁਸੀਂ ਮੈਨੂੰ ਛੱਡ ਦਿਓ ਜੀ ਮੈਂ ਇਹਨਾਂ ਖਿਲਾਫ ਸਬੂਤ ਲੈ ਕੇ ਆਊਂਗਾ ਇੱਕ ਵੇਲੇ ਸੀ ਮੈਦਾਨ ਫਤਿਹ ਕਰਦਾ ਸਵਾਨ ਦਾ ਕੋਈ ਜਗਾੜ ਕਰੋ ਮੇਰਾ ਬੁਰਾ ਹਾਲ ਹੋਈ ਜਾਂਦਾ ਅੱਜ ਗੱਭਰੂ ਰਿਹਾ ਨਾ ਕਿਸੇ ਕੰਮ ਦਾ ਨਸ਼ਾ ਕਰੋ ਕਰਨ ਲਈ ਬਣਿਆ ਪਰ ਵੇਚਣਾ ਜ਼ਰੂਰੀ ਹੈ ਉਹ ਬਿੱਲੀਆਂ ਨਾ ਭਰਿਆ ਪੰਜਾਬ ਮੈਨੂੰ ਇਸ ਮੁੰਡੇ ਦਾ ਕੰਮ ਤਮਾਮ ਚਾਹੀਦਾ ਹੈ ਦੋ ਦਿਨ ਪਰ ਕੋਈ ਸਵਾਲ ਨਹੀਂ ਪੁੱਛਣ ਜੇ ਬੇਈਮਾਨ ਬੰਦੇ ਕੋਹਰਾ ਮਚਾ ਸਕਦੇ ਆ ਤਾਂ ਉਹਨਾਂ ਨੂੰ ਹੁਣ ਪਤਾ ਲੱਗੂ ਜਦੋਂ ਇਮਾਨਦਾਰ ਇਕੱਠੇ ਹੁੰਦੇ ਆ ਤਾਂ ਝੂਠ ਦੀਆਂ ਜੜਾਂ ਹਿੱਲ ਜਾਂਦੀਆਂ ਨੇ ਸਾਰੇ ਤਾਂ ਕਾਨਪੁਰੀਆ ਲੱਗਦਾ ਕਾਨਪੁਰੀਆ ਤਾਂ ਜਣਾ ਖਾਣਾ ਚੱਕੀ ਫਿਰਦਾ ਹੈ ਉਹ ਦੇਸ਼ੀ ਹੈ ਬੰਦੇ ਦੇ ਹੱਥ 'ਚ ਹੋਵੇ ਨਾ ਇੱਕ ਦਿਨ 'ਚ ਗੁੰਡੇ ਤੋਂ ਗੈਂਗਸਟਰ ਬਣ ਜਾਂਦਾ ਹੈ ਜੋ ਪਕਾਈ ਮਰੀ ਜਾਨਾ ਤੈਨੂੰ ਭੜਾ ਕੌਣ ਮਾਰੂਗਾ ਮੈਨੂੰ ਤੂੰ ਮਾਰੇਗਾ ਸਾਡੇ ਦਿਮਾਗਾਂ ਤੇ ਨਸ਼ੇ ਦਾ ਅਸਰ ਸੀ ਬੇਬੇ ਨਸ਼ੇ ਦਾ ਅਸਰ ਆਦੇ ਤੋਂ ਤੁਸ਼ਾਦਾ ਹੁੰਦੇ ਭਲਾ